जी अस्सलाम वालेकुम, वेनसडे ऑक्शन के फिफ्थ पार्ट में वेलकम बैक हो गया आप सबका। और अब इंशाल्लाह एंट्री मारते हैं ऑक्शन में और देखते हैं कौन सी गाड़ी की ऑक्शन चल रही है, क्या उसकी डिमांड चलती है, क्या बोलियां लगती हैं, क्या कंडीशन है, ये सारा कुछ दिखाऊंगा आप लोगों को। तो आप लोग जुड़े रहिएगा वीडियो के साथ एंड तक, और भाई के चैनल को सब्सक्राइब नहीं किया तो चैनल को जरूर सब्सक्राइब कर लें, बेल आइकन को लाजमी दबा दीजिएगा ताकि आप लोगों को मेरी हर आने वाली वीडियो का नोटिफिकेशन मिलता रहे। वीडियो को लाइक एंड शेयर लाजमी किया करें। आए अब एंट्री मारते हैं ऑप्शन में। दरवाजे जर्मन हो गए, डिक्की जर्मन हो गई, 23 लाख रुपया 23 लाख रुपया 23 लाख रुपया 11 मॉडल की रिबॉन गाड़ी है, फुल ऑप्शन डिमांड डिमांड मालिक कर रहे 28 लाख रुपया 23 लाख रुपया लग गया। ओके 23 लाख 10 रुपया 23 लाख रुपया 23 लाख रुपया गड्डी नू लगा मक्खन पौने चौवी लाख रुपया हाँ जी पौने चौवी का टोकन दो 24 लाख 24 लाख 3 हेलो चलो जी स्पोर्टी जा रही जनाब 2020 55 लाख रुपया59 लाख रुपया
ਟੋਟਲ ਜਨਰਲ ਪੇਟ ਦੀ ਮਾਈਲੇਜ ਦੀ ਬਾਅਦ ਚੱਲੀ ਕਿੰਨੀ ਹੈ? ਮੈਂ ਟ੍ਰੇਨ ਟੁੱਟੀ ਵਾਲੀ ਗੱਡੀ ਦੀ ਮਾਈਲੇਜ ਕੀ ਹੈ? 59,000 ਕਿਲੋਮੀਟਰ ਚੱਲੀ ਹੈ, 59,000 ਕਿਲੋਮੀਟਰ। ਮਾਈਲੇਜ ਦੀ ਕਿੰਨਾ ਹੈ ਸੀ ਜੀ? ਐਸੀ ਚਾਲੂ ਹਰ ਚੀਜ਼ ਚਾਲੂ ਮਿੰਟ ਮੈਂ 60 ਲੱਖ ਰੁਪਈਆ ਖੋਲੋ ਜੀ ਬੋਲੋ 60 ਲੱਖ ਰੁਪਈਆ ਬੋਲੋ ਖੋਲੋ ਭਰਾ ਜੀ ਖੋਲੋ ਜੀ ਬੋਲੋ ਲੋ ਜੀ 60 ਲੱਖ ਰੁਪਏ ਲੱਗ ਗਿਆ ਜੀ। 60 ਲੱਖ ਰੁਪਈਆ ਜੀ। ਆਲ ਵੀ ਡਰਾਈਵ ਕੀਆ ਸਪੋਰਟਿੰਗ ਸਕਰੀਨ ਗਾੜੀ ਕੀ ਡੈਮੇਜ ਹੈ, ਬਾਡੀ ਬੋਏ ਕਹਿ ਰਹੇ ਟੋਟਲ ਜੈਨੂਇਨ ਹੈ, ਲੇਕਿਨ ਬਾਡੀ ਕੀ ਇੰਸਟ੍ਰਕਸ਼ਨ ਬਾਅਦ ਮੇਂ ਹੋਗੀ। ਅਗਰ ਕੋਈ ਪੀਸ ਟੱਚ ਨਿਕਲਾ ਤਾਂ ਫਿਰ ਪੈਸੇ ਡਾਊਨ ਹੋਗੇ। ਠੀਕ ਹੈ ਭਾਈ, ਪੀਪੀਐਫ ਹੋਈ ਹੈ, ਪੀਪੀਐਫ ਹੋਈ ਹੈ ਜੀ। ਲੋ ਜੀ ਪੀਪੀਐਫ ਵੀ ਕਰਾਈ ਜਾਣਾ ਨੇ, ਉਹ ਵੀ ਪੈਸੇ ਬਚਾ ਦੇਣਾ ਤੁਹਾਡੇ। 60 ਲੱਖ ਰੁਪਇਆ ਜੀ ਹੋਰ ਹੈ ਜੀ, 60 ਤੋਂ ਉੱਤੇ ਕੋਈ 60 ਲੱਖ ਤੋਂ ਉੱਤੇ ਹੈ ਜੀ, 60 ਲੱਖ ਤੋਂ ਉੱਤੇ ਕੋਈ ਬੋਲੋ ਜੀ, 60 ਲੱਖ ਤੋਂ ਉੱਤੇ ਹੈ ਜੀ। ਬਾਕੀ ਗਾੜੀ ਮਾਸ਼ਾਅੱਲਾ ਅੱਛੀ ਹੈ। ਤਗੜੇ ਪੈਸੇ ਨਾ ਫੜ ਲਵੋ, ਹੈਲੋ ਜੀ ਫੜ ਲਓ, ਸੁਣਿਓ ਤੁਸੀਂ ਰੱਖਣੀ ਕਿ ਵੇਚਣੀ? ਰੱਖਣੀ ਹੈ ਪੈਸੇ ਪਰ ਆਖਰੀ ਪੈਸੇ ਨੇ, ਇਸ ਤੋਂ ਬਾਅਦ ਮੈਂ ਨੀ ਬੋਲ ਸਕਦਾ। 66 ਲੱਖ ਰੁਪਈਆ ਨਹੀਂ, ਉਹ ਬੜਾ ਲੰਮਾ ਚੌੜਾ ਹੈ, ਕਿਹਦਾ ਲੋਡ ਪੈ ਗਿਆ? ਚਲੋ ਆ ਜਾਓ ਅੱਗੇ ਆ ਜਾਓ। ਲੋ ਜੀ ਕੀਆ ਸਪੋਰਟੇਜ ਆਪ ਲੋਕ
ਤਿੰਨ ਮਾਡਲ ਦੀ ਕੀਆ ਸਪੋਰਟੇਜ ਗੱਡੀ ਆ ਰਹੀ ਹੈ ਮਾਲਕਾਂ ਦੀ, ਪੁਰਾਣੀ ਕੀਆ ਸਪੋਰਟੇਜ ਵੀ ਆਪ ਲੋਗੋਂ ਕੋ ਦਿਖਾ ਦੀ ਹੈ। ਹਾਂਜੀ 10 ਲੱਖ ਰੁਪਏ ਮੇਰੀ ਗੱਲ ਸੁਣੋ, ਅਗਰ ਕੋ 20 ਵਿੱਚ ਟ੍ਰੈਫਿਕ ਦੇ ਵਿੱਚ ਨਿਕਲ ਆਇਆ ਚੌਦਾਂ ਲੱਖ ਰੁਪਇਆ ਡਿਮਾਂਡ ਹੈ, 8 ਲੱਖ ਰੁਪਇਆ ਲੱਗ ਗਿਆ। 2002 ਮਾਡਲ ਦੀ ਕੀ ਹੈ ਛੋਟੀ ਗੱਡੀ ਹੈ, ਹਰ ਚੀਜ਼ ਗੱਡੀ ਦੀ ਚਾਲੂ ਹੈ ਮਾਲਕਾਂ ਦੀ ਬਾਤ ਹੈ। ਪਹਿਲੇ ਬੁੱਕ ਦੇ ਵੀ ਮਸਲਾ ਕਰ ਰਹੇ ਕਹਿ ਰਹੇ ਨੇ ਹੈਗਾ, ਲੇਕਿਨ ਉਹ ਡੁਪਲੀਕੇਟ ਨਹੀਂ ਹੈ, ਜੈਨੂਇਨ ਹੈ। ਗੈਪ ਹੈ, ਉਹ ਜੈਨੂਇਨ ਹੈ, ਜੈਨੂਇਨ ਹੈ ਯਾਰ, ਜੈਨੂਇਨ ਹੈ। ਪਰ ਇਹ ਲੱਭ ਰਹੀ ਹੈ, ਜੈਨੂਇਨ ਕਰ ਰਹੀ ਹੈ। ਲੋ ਜੀ ਸਰ, ਅਸ਼ਰਾਫਾ ਵੀ ਦੇ 8 ਲੱਖ ਰੁਪਏ ਲੱਗੇ, 8 ਲੱਖ ਤੋਂ ਉੱਪਰ ਹੈ। ਸਲਾਮ ਅਲੈਕੁਮ, ਇਹ ਮੁਹੱਬਤ ਹੈ ਆਪਕੀ, ਸਾਡੇ 8 ਲੱਖ ਜੀ, ਸਾਡੇ 8 ਲੱਖ ਰੁਪਇਆ, ਸਾਡੇ 8 ਲੱਖ ਰੁਪਇਆ। 2002 ਮਾਡਲ ਦੀ ਕੀਆ ਸਪੋਰਟਿਜ ਗੱਡੀ ਆ ਗਈ ਜੇ, ਤਿੰਨ ਮਾਡਲ ਦੀ, ਸਾਡੇ 8 ਲੱਖ ਰੁਪਇਆ ਤੋਂ 5,000 ਹੋਰ ਵਧਿਆ, 55 ਹੋ ਗਿਆ, 8,55,000 ਰੁਪਇਆ, 60, 70, 9 ਲੱਖ ਰੁਪਇਆ, 9,10,000, 9,10,000 ਰੁਪਇਆ, 14 ਲੱਖ ਰੁਪਇਆ ਮਾਲਕਾ ਦੀ ਡਿਮਾਂਡ ਹੈ। ਹਾਂਜੀ, ਕਿੰਨੀ ਗੱਡੀ ਦੇਣੀ ਫਾਈਨਲੀ ਆ ਤੁਹਾਨੂੰ ਉਹਦੇ ਵਿੱਚ ਕੰਮ ਨਿਬੇੜੀ। ਜਿੰਨੀ ਦੂਰ ਤੁਸੀਂ ਆ ਗਏ ਹੋ ਨਾ, ਧੁੱਪ ਦੇ ਵਿੱਚ ਇਹਨਾਂ ਨੂੰ ਕਾਲਾ ਕਰਵਾ ਦੇਣਾ ਤੁਸੀਂ। 13 ਲੱਖ ਰੁਪਏ, ਇਨਸ਼ਾਅੱਲਾ ਇਨਸ਼ਾਅੱਲਾ, ਮੈਨੂੰ ਦਿਨ ਹੀ ਸਕੂਨ ਹੋਈਏਗਾ। 9.5 ਲੱਖ ਰੁਪਇਆ, 9.5 ਲੱਖ ਰੁਪਇਆ, 13.5 ਲੱਖ ਦੇ ਮਾਲਕ ਆ ਗਏ ਨੇ। 2003 ਮਾਡਲ ਦੀ ਕੀ ਹੈ ਸਪੋਰਟਿਜ ਗੱਡੀ ਹੈ, 60 ਕਰ ਦਿਓ, 60, ਹਾਂਜੀ, 9,65,000 ਰੁਪਇਆ, 2003 ਮਾਡਲ ਦੀ ਕੀ ਹੈ ਸਪੋਰਟਿਜ ਗੱਡੀ ਆ ਗਈ ਹੈ, 2003 ਮਾਡਲ ਦੀ, 9,65,000 ਰੁਪਇਆ, 9,65,000 ਰੁਪਇਆ, 9,65,000 ਰੁਪਇਆ, ਹਾਂਜੀ, ਕਿੱਧਰ ਗਏ ਨੇ ਭਾਈ? ਸਾਢੇ 13 ਲੱਖ ਰੁਪਏ ਦੇ ਮਾਲਕ ਆ ਗਏ ਨੇ, 10 ਲੱਖ ਰੁਪਇਆ ਲੱਗ ਗਿਆ, 13, ਚਲੋ ਮੈਂ ਕਹਿੰਦਾ ਗੱਲ ਬਣੇ ਸਹੀ, 11 ਤੇ ਆ ਜਾਣ, 12 ਤੇ ਆ ਜਾਣ, ਸਨਮ ਮਾਰਨਾ ਭਾਈ ਇਹਨਾਂ ਨੂੰ, ਸਨਮ ਮਾਰੋ ਗੱਡੀ ਨੂੰ, ਕੀ ਆ ਸਪੋਰਟਿਜ ਗੱਡੀ ਆ ਗਈ ਹੈ 2003 ਮਾਡਲ ਦੀ, 10 ਲੱਖ ਰੁਪਇਆ।
ਪ੍ਰੀਨ ਭਾਈ ਪਿੱਛੋਂ ਨਾ ਅੱਜ ਤੁਸੀਂ ਆਕਸ਼ਨ ਦੇ ਵਿੱਚ ਹੀ ਮੌਜੂਦ ਹੋ ਨਾ ਇਸ ਤੋਂ ਨਹੀਂ ਤਾਂ ਤੁਸੀਂ ਨਜ਼ਰ ਹੀ ਨਹੀਂ ਆਉਂਦੇ ਸਾਨੂੰ ਇਹ ਜੀ ਕੀਆ ਸਪੋਰਟੇਜ ਆਪ ਲੋਕਾਂ ਕੋ 10 ਲੱਖ ਮੇਂ ਦਿਖਾ ਰਹੇ ਹੈ ਕੀਆ ਸਪੋਰਟੇਜ ਤੋ ਆਪ ਲੋਕ ਸੋਚ ਰਹੇ ਹੋਗੇ ਕੀਆ ਸਪੋਰਟੇਜ 10 ਲੱਖ ਮੇਂ ਰਾਊਂਡ ਸੇ ਗਾੜੀ ਆਪ ਲੋਕਾਂ ਕੋ ਦਿਖਾਤਾ ਹੂੰ ਉਸਤਾਦ ਜੀ ਕਿੱਥੇ ਉਜ਼ਾਰ ਕਿੱਥੇ ਲਾਡੇ ਤੁਹਾਡੇ ਸਾਹਮਣੇ ਗੱਡੀ ਦਾ ਰੇਟ ਲੱਗ ਰਿਹਾ
ਜਾ ਹੋਰ ਕੱਟ ਸਾਢੇ ਗਿਆਰਾਂ ਸਾਢੇ ਗਿਆਰਾਂ ਤੇ ਆ ਗਏ ਨੇ ਹਾਂਜੀ ਸਵਾ ਦਸ ਦੀ ਪੁੱਛ ਲੋ ਸਵਾ ਦਸ ਲੱਖ ਰੁਪਇਆ ਹਾਂਜੀ ਚਾਲੀ ਦੀ ਪੁੱਛ ਚਾਲੀ ਚਾਲੀ ਦਸ ਲੱਖ ਚਾਲੀ ਹਜ਼ਾਰ ਰੁਪਇਆ ਇੱਧਰ ਆਓ ਚਾਚਾ ਜੀ ਗੱਲ ਤਾਂ ਸੁਣੋ ਗੱਲ ਤਾਂ ਸੁਣੋ ਕੋਲ ਤੱਕ ਲਵੋ ਗੱਡੀ ਦੇ ਲੈਣਾ ਦੇਣਾ ਨਸੀਬਾ ਲੈ ਕੋਈ ਗੱਲ ਨਹੀਂ ਕਾਗਜ਼ ਬਾਅਦ ਚੋ ਆਣਗੇ ਨੰਬਰ ਦੀ ਗੱਡੀ ਏ ਲਾਹੌਰ ਨੰਬਰ ਦੀ ਗੱਡੀ ਹੁੰਦੀ ਬੰਦਾ ਕਰਦਾ ਵੀ ਗਿਆਰਾਂ ਲੱਖ ਬਹੁਤ ਅੱਛਾ ਰੇਟ ਹੈ ਚਾਚਾ ਸਿੰਧ ਨੰਬਰ ਚੌਂਤੀ ਲੱਖ ਰੁਪਏ ਡਿਮਾਂਡ ਜੀ ਤੁਸੀਂ ਇੱਕ ਦੋ ਪੀਸੇ ਰੱਖ ਲੋ ਮਾਲਕ ਕਹਿ ਰਹੇ ਨੇ ਟੋਟਲ ਜਰਮਨ ਕਹਿੰਦਾ ਫਿਲਡਰ ਜਪਾਨੀ ਪਠਾਣਾ ਦੀ ਡਿਸ਼ ਆ ਗਈ ਜੇ ਹਾਂ ਚੌਂਤੀ ਲੱਖ ਰੁਪਏ ਡਿਮਾਂਡ ਸੱਤ ਬਟਾ ਤੇਰਾਂ ਦੀ ਗੱਡੀ ਬੁਲਬੁਲ ਦਾ ਬੱਚਾ ਬੁਲਬੁਲਾ ਵੀ ਜਾਣਾ ਪਿਆ ਖਰੀਦਾਰ ਇਹਦਾ ਹਾਂਜੀ ਪਹਿਲਾਂ ਜੀ ਇੱਕ ਹੈ ਕਸਟਮਰ ਇੱਥੇ ਕਹਿੰਦਾ ਜੀ ਚਾਲੀ ਲੱਖ ਰੁਪਇਆ ਜੀ ਚਾਲੀ ਲੱਖ ਰੁਪਇਆ ਹੋਰ ਬੋਲੋ ਜੀ ਸਟਾਈਆਂ ਦੇ ਉੱਤੇ ਆਸਟਰ ਕਹਿੰਦੀ ਜੋ ਆਸਟਰ ਤੇ ਬੋਲੋ ਜਿਹੜਾ ਕੋਈ ਮੁਨਾਸਿਬ ਬਣਾ ਸਕ ਚਾਲੀ ਲੱਖ ਦਸ ਹਜ਼ਾਰ ਰੁਪਇਆ ਪੰਦਰਾਂ ਜੀ ਚਾਲੀ ਪੰਦਰਾਂ ਜੀ ਸਾਢੇ ਅਠਾਈ ਲੱਖ ਰੁਪਇਆ ਜੀ ਸਾਢੇ ਅਠਾਈ ਲੱਖ ਰੁਪਇਆ ਸਾਢੇ ਅਠਾਈ ਦਿੱਤੇ ਆ ਕੋਈ ਤੇ ਬੋਲੋ ਸਾਢੇ ਅਠਾਈ ਦਿੱਤੇ ਬੋਲੋ ਜੀ ਹੋ ਗਿਆ ਜੀ ਪੈਸਾ
ਬਰੀਨ ਭਈਆ ਵੀ ਡਰਾ ਦਿੰਦੇ ਹੋ ਤੁਸੀਂ, ਕੋਈ ਪਤਾ ਨੀ ਅੰਦਰ ਬੜ ਗਏ ਉਹਨਾਂ ਨੂੰ ਦੇਖਣ ਦਿਓ, ਉਹਨਾਂ ਨੂੰ ਦੇਖਣ ਸਾਰੇ ਪੁੱਛਣ ਦਾ ਟਾਈਮ ਆਇਆ, ਮੈਂ ਪੁੱਛਣਾ ਵਾਲਾ ਬੋਲੋ, 80 ਜੀ, 90 ਹੋਰ ਜੀ, 90 80 90 100 ਬੋਲੋ ਬਈ, 80 280,000 ਰੁਪਇਆ, 34 ਲੱਖ ਰੁਪਏ ਡਿਮਾਂਡ ਹੈ ਮਾਲਕ ਦੀ ਫਿਲਟਰ। ₹29 ਲੱਖ ਰੁਪਏ ਮੈਂ ਲਾਤਾ, ਹੋਰ ਅੱਗੋਂ ਨੱਤੀਆਂ ਟੁੱਟੇ ਪਈ, ਜਿਸ ਟੁੱਟੇ 10-5 ਦੀ ਗੁੰਡਿਆ ਚਾਰ ਮੈਂ ਕੱਢ ਦਿੰਦਾ, ਮੇਰੀ ਹਰ �ਆਨੇ ਵਾਲੀ ਵੀਡੀਓ ਕਾ ਨੋਟੀਫਿਕੇਸ਼ਨ ਮਿਲਤਾ ਰਹੇ। ਤੋ ਇਨਸ਼ਾਅੱਲਾ ਮੁਲਾਕਾਤ ਹੋਤੀ ਹੈ 6 ਪਾਰਟ ਮੇ, ਤੋ ਆਪ ਲੋਗ 6 ਪਾਰਟ ਵੀ ਜ਼ਰੂਰ ਦੇਖੀਏਗਾ, 5th ਪਾਰਟ ਕੇ ਲੀਏ ਦੇ ਭਾਈ ਕੋ ਇਜਾਜ਼ਤ, ਅੱਲਾ ਹਾਫਿਜ਼।